ਪੰਜਾਬੀ ਸਤਾਨ ਦੀ ਜਾਨਿਬ ਤੋਂ ਡਾਕਟਰ ਸੁਰਜੀਤ ਪਾਤਰ ਸਾਹਿਬ ਦੀ ਰਚਨਾ ਮੈਂ ਇੱਕ ਦਿਨ ਫੇਰ ਆਉਣਾ ਹੈ। ਉਹ ਖੁਸ਼ ਦਿਲ ਸੋਹਣੀਓ ਰੂਹੋ, ਉਹ ਰੁਮ ਚੁੰਮ ਰੁਮਕ ਦੇ ਖੂਹੋ, ਉਹ ਮੇਰੇ ਪਿੰਡ ਦੀ ਉਹ ਜੂਹੋ, ਤੁਸੀਂ ਹਰਗਿਜ਼ ਨਾ ਕੁਮਲਾਇਓ, ਮੈਂ ਇੱਕ ਦਿਨ ਫੇਰ ਆਉਣਾ ਹੈ। ਨੀ ਕਿੱਕਰੋ ਟਾਲੀਓ ਡੇਕੋ, ਨੀ ਨਿੰਮੋ ਸਾਫ ਦਿਲ ਨੇਕੋ, ਉਹ ਪਿੱਪਲੋ ਬਾਬਿਓ ਵੇਖੋ, ਤੁਸੀਂ ਧੋਖਾ ਨਾ ਦੇ ਜਾਇਓ, ਮੈਂ ਛਾਵੇਂ ਬਹਿਣ ਆਉਣਾ ਹੈ। ਇਹਨਾਂ ਹਾੜਾਂ ਅਤੇ ਚੇਤਾਂ ਨੂੰ, ਲੁਕੇ ਕੁਦਰਤ ਦੇ ਭੇਤਾਂ ਨੂੰ, ਇਹਨਾਂ ਰਮਣੀਕ ਖੇਤਾਂ ਨੂੰ ਮੇਰਾ ਪ੍ਰਣਾਮ ਪਹੁੰਚਾਇਓ, ਮੈਂ ਇੱਕ ਦਿਨ ਫੇਰ ਆਉਣਾ ਹੈ। ਜੋ ਚੱਕ ਘੁੰਮੇ ਕੁਮਾਰਾਂ ਦਾ, ਤਪੇ ਲੋਹਾ ਲੁਹਾਰਾਂ ਦਾ, ਮੇਰਾ ਸੰਦੇਸ਼ ਪਿਆਰਾਂ ਦਾ, ਉਹਨਾਂ ਤੀਕਰ ਵੀ ਪਹੁੰਚਾਇਓ, ਮੈਂ ਇੱਕ ਦਿਨ ਫੇਰ ਆਉਣਾ ਹੈ। ਕਿਸੇ ਵੰਝਲੀ ਦਿਓ ਛੇਕੋ, ਮੇਰੇ ਮਿਰਜ਼ੇ ਦਿਓ ਹੇਕੋ, ਮੇਰੇ ਸੀਨੇ ਦਿਓ ਸੇਕੋ, ਕਿਤੇ ਮੱਠੇ ਨਾ ਪੈ ਜਾਇਓ, ਮੈਂ ਇੱਕ ਦਿਨ ਫੇਰ ਆਉਣਾ ਹੈ। ਇਹਨਾਂ ਦੋ ਚਾਰ ਸਾਲਾਂ ਵਿੱਚ, ਇਹ ਬਸ ਆਉਂਦੇ ਸਿਆਲਾਂ ਵਿੱਚ ਕਿ ਜਾਂ ਸ਼ਾਇਦ ਖਿਆਲਾਂ ਵਿੱਚ, ਤੁਸੀਂ ਦਿਲ ਤੋਂ ਨਾ ਵਿਸਰਾਇਓ, ਮੈਂ ਇੱਕ ਦਿਨ ਫੇਰ ਆਉਣਾ ਹੈ। ਸਮੁੰਦਰ ਭਾਫ ਬਣ ਉੱਡਦਾ, ਬਰਫ਼ ਬਣ ਪਰਬਤੀ ਚੜ੍ਹਦਾ, ਅਤੇ ਨਦੀਆਂ ਬਣ ਕੇ ਫਿਰ ਮੁੜਦਾ, ਮੇਰਾ ਇਕਰਾਰ ਪਰਤੇ ਆਇਓ, ਮੈਂ ਇੱਕ ਦਿਨ ਫੇਰ ਆਉਣਾ ਹੈ, ਮੈਂ ਇੱਕ ਦਿਨ ਫੇਰ ਆਉਣਾ ਹੈ। ਜ਼ਿੰਦਾਬਾਦ।